ਰਹਿਮਾਨ ਰਹੀਮ ਅੱਜ ਇੱਕ ਸਾਡੇ ਵਾਸਤੇ ਖਾਸ ਕਰ ਪੂਰੀ ਖਾਨਦਾਨ ਵਾਸਤੇ ਇੱਕ ਬਹੁਤ ਖੁਸ਼ੀ ਦਾ ਮੁਕਾਮ ਹੈ, ਇੱਕ ਯੂਨਿਟੀ ਅੱਜ ਅੱਜ ਵਾਲੇ ਦਿਨ ਅੱਲਾਹ ਪਾਕ ਨੇ ਫਜ਼ਲੋ ਕਰਮ ਨਾਲ ਜਿਹੜੀ ਸਾਡਿਆਂ ਬੱਚਿਆਂ ਨੇ ਇੱਕ ਖੁਸ਼ੀ ਔਰ ਖੁਸ਼ੀ ਨੇ ਇੱਕ ਮਾਹੌਲ ਬਣਾਇਆ, ਅੱਲਾਹ ਪਾਕ ਇਸ ਮਾਹੌਲ ਨੂੰ ਬਰਕਰਾਰ ਰੱਖਿਆ ਅਤੇ ਇਹ ਸੱਚੀ ਗੱਲ ਹੈ। ਇਹ ਅੱਜ ਸਾਨੂੰ ਖੁਸ਼ੀ ਨਹੀਂ, ਇਹ ਜਿਹੜੇ ਸਾਡੇ ਵਾਲਦੈਨ ਦੁਨੀਆਂ ਤੋਂ ਚਲੇ ਗਏ ਉਹਨਾਂ ਵਾਸਤੇ ਅੱਜ ਕਬਰ 'ਚ ਵੀ ਖੁਸ਼ੀ ਹੋਈ, ਉਹਨਾਂ ਦੀਆਂ ਰੂਹਾਂ ਵੀ ਅੱਜ ਖੁਸ਼ ਹੋਣਗੀਆਂ ਕਿ ਸਾਡੇ ਜਿਹੜੇ ਪਿਛਲੇ ਉਹ ਆਪਾਂ ਇੱਥੇ ਦੌਲਤ ਵਾਸਤੇ ਇੱਕ ਦੂਜੇ ਦੀਆਂ ਟੰਗਾਂ ਨਹੀਂ ਛਿੱਕਣੇ ਪਏ, ਇੱਕ ਦੂਸਰੇ ਨੇ ਦਸਤੋ ਬਾਜ਼ੂ ਬਣਨੇ ਪਏ, ਇੱਕ ਦੂਸਰੇ ਨੇ ਮਾਵਨ ਬਣਨੇ ਪਏ। ਇਹ ਬੜੀ ਕਮਾਲ ਦਾ, ਇਹ ਇਸ ਦੁਨੀਆਂ 'ਚ ਰਹਿ ਕੇ ਬਹੁਤ ਘੱਟ ਮਿਸਾਲਾਂ ਤੁਸੀਂ ਇਸ ਦੁਨੀਆਂ 'ਚ ਮਿਲਣੀਆਂ, ਨਹੀਂ ਤਾਂ ਅਮੂਮਨ ਭਰਾ ਭਰਾਵਾਂ ਦੀਆਂ ਟੰਗਾਂ ਛਿੱਕਣੇ ਪਏ, ਹੋਰ ਜਿਹੜੇ ਦੂਸਰੇ ਰਿਸ਼ਤੇਦਾਰ ਉਹ ਇੱਕ ਦੂਸਰੇ ਨਾਲ ਜ਼ਿਆਦਤੀਆਂ ਕਰਨ ਨੇ ਸੋਚਣੇ ਪਏ, ਹੱਕ ਮਾਰਨ ਨੇ ਸੋਚਣੇ ਪਏ। ਇਹ ਅਲਹਮਦੁਲਿਲਾ ਅਲਹਮਦੁਲਿਲਾ ਕਿ ਸਾਨੂੰ ਅੱਲਾਹ ਪਾਕ ਨੇ ਇਜਾਜ਼ ਬਖਸ਼ਿਆ ਕਿ ਅਸੀਂ ਆਪਣਾ ਹੱਕ ਦੇਣ ਵਾਸਤੇ ਤਿਆਰ ਹਾਂ ਆਪਣੇ ਭਰਾ, ਆਪਣਾ ਇੱਕ ਭਰਾ ਦੂਸਰੇ ਭਰਾ ਨੂੰ ਆਪਣਾ ਹੱਕ ਦੇਣ ਵਾਸਤੇ ਇੱਧਰ ਕੁਰਬਾਨੀ ਦੇਣ ਵਾਸਤੇ ਤਿਆਰ ਹਾਂ। ਅੱਲਾਹ ਪਾਕ ਇਸ ਜਜ਼ਬੇ ਨੂੰ ਕਾਇਮ ਰੱਖੇ, ਅੱਲਾਹ ਪਾਕ ਇਸ ਇਹ ਜਿਹੜੀ ਅਸਾਂ ਮਤਲਬ ਇਹ ਸਾਰੇ ਪਾਕਿਸਤਾਨ ਨੂੰ ਅੱਲਾਹ ਪਾਕ ਇਸ ਲਪੇਟ 'ਚ ਲੈ ਕਿ ਅਸੀਂ ਇੱਕ ਦੂਸਰੇ ਨਾਲ ਜਜ਼ਬੇ ਨਾਲ ਪਿਆਰ ਮੁਹੱਬਤ ਨਾਲ ਇਸ ਦੁਨੀਆਂ 'ਤੇ ਰਹੀਏ। ਇਹ ਦੁਨੀਆਂ ਥੋੜ੍ਹੇ ਦਿਨ ਹੈ, ਇੱਕ ਹਮੇਸ਼ਾ ਰਹਿਣ ਵਾਲੀ ਨਹੀਂ ਹੈ, ਹੈਂਜੀ ਦੁਨੀਆਂ ਰਹਿਣੀ ਹੈ, ਲੇਕਿਨ ਅਸਾਂ ਥੋੜ੍ਹੇ ਦਿਨ ਮਤਲਬ ਕਿਤਨੇ ਲੋਕ ਆਏ ਦੁਨੀਆਂ 'ਤੇ ਚਲੇ ਗਏ, ਅਸਾਂ ਵੀ ਟੁੱਟਣਾ ਅਤੇ ਅੱਲਾਹ ਪਾਕ ਇਹ ਬਹੁਤ ਖੁਸ਼ੀ ਵਾਲੀ ਗੱਲ, ਬਹੁਤ ਖੁਸ਼ੀ ਵਾਲੀ ਗੱਲ। ਅੱਲਾਹ ਦੀ ਜ਼ਾਤ ਇਸ ਜਜ਼ਬੇ ਨੂੰ ਸਲਾਮਤ ਰੱਖੇ, ਅੱਲਾਹ ਪਾਕ ਨੂੰ ਖੁਸ਼ੀਆਂ ਮਜ਼ੀਦ ਸਾਡੇ ਖਾਨਦਾਨ ਨੂੰ ਅੱਲਾਹ ਪਾਕ ਮਜ਼ੀਦ ਖੁਸ਼ੀਆਂ ਦੇ, ਅਤੇ ਜਿਹੜਾ ਜਿਹੜਾ ਤੁਹਾਨੂੰ ਕਾਰੋਬਾਰ ਹੈ ਅੱਲਾਹ ਪਾਕ ਚੌਖੀਆਂ ਤਰੱਕੀਆਂ, ਚੌਖੀਆਂ ਤਰੱਕੀਆਂ ਅੱਲਾਹ ਪਾਕ ਦੇ। ਅਤੇ ਅੱਲਾਹ ਦੀ ਜ਼ਾਤ ਜਿਹੜੇ ਸਾਡੇ ਅਜ਼ੀਜ਼ ਰਿਸ਼ਤੇਦਾਰ ਆਪਾਂ ਥੋੜ੍ਹੀਆਂ ਬਹੁਤੀਆਂ ਨਰਾਜ਼ਗੀਆਂ ਚ ਰਹਿਣੀਆਂ, ਅੱਲਾਹ ਪਾਕ ਉਹਨਾਂ ਦੀਆਂ ਨਰਾਜ਼ਗੀਆਂ ਵੀ ਦਿਲਾਂ 'ਚੋਂ ਕੁਦਰਤਾਂ ਕੱਢ ਕੇ ਅਤੇ ਸਾਫ ਸੁਥਰੇ ਜ਼ਹਿਨ ਅੱਲਾਹ ਪਾਕ ਬਣਾ। ਹੈਂਜੀ ਸਾਡੀ ਇਹ ਦਰਖਾਸਤ ਵੀ ਹੈ ਵੀ ਕੋਈ ਵੀ ਮਸਲਾ ਉਸ ਨਾਲ ਹੱਲ ਹੋਣਾ, ਉਸ ਨਾਲ ਨਰਾਜ਼ਗੀ ਨਹੀਂ ਹੈ, ਉਸ ਨਾਲ ਲੜਨਾ ਨਹੀਂ ਹੈ, ਉਸ ਨਾਲ ਹੱਕ ਮਾਰਨਾ ਨਹੀਂ ਹੈ, ਉਸ ਨਾਲ ਹੱਲ ਇਹ ਹੀ ਹੈ ਵੀ ਉਸ ਮਤਲਬ ਅਫਾਮਤ ਫਹਿਮ ਨਾਲ ਮਾਮਲਾਤ ਕੇ ਹੱਲ ਕੀਤਾ ਜਾਵੇ, ਸੋਚ ਸਮਝ ਕੇ ਬਹਿ ਕੇ ਗੱਲ ਕੀਤੀ ਜਾਵੇ। ਅੱਲਾਹ ਪਾਕ ਸਾਨੂੰ ਇਸ ਕਾਮਯਾਬੀ ਦੇ, ਅੱਲਾਹ ਪਾਕ ਤੁਸੀਂ ਸਾਰਿਆਂ ਦੀ ਇੱਜ਼ਤਾਂ ਬਰਕਤਾਂ ਦੇ, ਔਲਾਦ ਜਮਾਤ 'ਚ ਬਰਕਤ ਦੇ, ਜਿਹਨਾਂ ਸਾਰਿਆਂ ਨੇ ਸ਼ਰਦਾਰੀ ਕੀਤੀ ਹੈ। ਇਹ ਇੱਕ ਐਸਾ ਸਾਡਾ ਬੇਟਾ ਜਿਸਨੇ ਮਤਲਬ ਅੱਜ ਦਿਨ ਤੱਕ ਕਿਸੇ ਨੇ ਦਿਲ ਨਹੀਂ ਦੁਖਾਇਆ, ਹੈਂਜੀ ਔਰ ਇੰਤਹਾਈ ਸ਼ਰੀਫ ਨਫਸਾ ਸੀ, ਅਤੇ ਅੱਲਾਹ ਪਾਕ ਇਸ ਕੀ ਮੋਟਰਸਾਈਕਲ ਅਸਾਂ ਜਿਹੜੀ ਦਿੱਤੀ ਹੈ ਇਹ ਅੱਲਾਹ ਪਾਕ ਇਸ ਦੇ ਨਸੀਬਾਂ 'ਚ ਕਰਿਆ, ਇਸ ਲਈ ਮੇਰੇ ਖਿਆਲ ਲਾਈਫ ਟਾਈਮ ਵਾਸਤੇ ਇਨਸ਼ਾਅੱਲਾ ਬਹੁਤ ਅੱਛੀ ਇਨਸ਼ਾਅੱਲਾ। ਹੋਰ ਵੀ ਜਿਹੜੇ ਇਨਸ਼ਾਅੱਲਾ ਇਸ ਤਰ੍ਹਾਂ ਦੇ ਕੰਮ ਹੋਣਗੇ ਅਸੀਂ ਗੱਲ ਮਿਲ ਕੇ ਬਹਿ ਕੇ ਅੱਲਾਹ ਨੇ ਆਪਣੇ ਨਾਲ ਕਰਾਂ। ਚਾਬੀ ਜਨਾਬ ਹੈਂਡ ਓਵਰ ਕੀਤੀ ਜਾ ਰਹੀ ਹੈ ਮੌਲਵੀ ਸ਼ਫਕਤ ਸਾਹਿਬ ਨੇ। ਅੱਲਾਹ ਪਾਕ ਇਹਨਾਂ ਅੱਗੇ ਮੋਟਰਸਾਈਕਲ ਇਹ ਅਡਾਨੀ ਲਿਆ, ਹੈਂਜੀ ਅੱਲਾਹ ਪਾਕ ਇਹਨਾਂ ਅੱਗੇ ਹੋਰ ਖੁਸ਼ੀਆਂ ਦੇ, ਵਾਹ 2000 ਰੁਪਏ ਨੇ ਪੈਟਰੋਲ ਜੀ ਕਰਾਚੀ ਆਏ ਹੁਣ ਪਹਿਲਾ ਪੈਟਰੋਲ ਮੌਲਵੀ ਸਾਹਿਬ 2000 ਕਰਕੇ ਇਹ 2000 ਰੁਪਏ ਲਵਾ, ਹੈਂਜੀ ਇਹ ਤੁਹਾਡੀ ਗੱਡੀ ਦੇ ਕਾਗਜ਼ ਮਾਸ਼ਾਅੱਲਾ, ਇਹ ਜਨਾਬ ਤੁਹਾਡੀ ਗੱਡੀ ਦੀ ਚਾਬੀ, ਵਾਹ 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 ਵਾਹ।
ਅੱਛਾ ਬਹੁਤ ਜੀ ਆਪਾਂ خير الخلق كلهم مولاي صل لي وسلم دائما عبدا على حبيبك خير الخلق كل ਮਾਸ਼ਾਅੱਲਾ।